ਕੱਲੇ-ਕੱਲੇ ਬੱਚੇ ਨੂੰ ਪਤਾ ਵਾ ਕਿ ਇੱਥੇ ਕਿੰਨੀ ਕਹਦੇ ਕਰਕੇ ਇੰਨੀ ਬਿਊਟੀਫਿਕੇਸ਼ਨ ਹੋਈ ਆ ਇਹ ਨੈਕ ਦੀ ਟੀਮ ਔਨ ਕਰਕੇ ਹੋਈ ਆ ਹੁਣ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਆਣ ਕੇ ਐਲਾਨ ਕਰ ਜਾਂਦੇ ਇੱਥੇ ਹੋਸਟਲ ਬਣਾ ਦੋ ਹੋਸਟਲ ਦਾ ਇੱਕ ਪੈਸਾ ਤੇ ਆਇਆ ਨਹੀਂ ਹੋਸਟਲ ਕਿੱਥੋਂ ਬਣਗੇ ਖਾਤੇ ਦੇ ਵਿੱਚ ਇੱਕ ਪੈਸਾ ਆਇਆ ਨਹੀਂ ਆ ਹੋਸਟਲ ਕਿੱਥੋਂ ਬਣਗੇ ਇੱਥੇ ਵੀਸੀ ਮੈਡਮ ਦੀ ਜਵਾਨੀ ਸੀ ਕਿ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਤੁਸੀਂ ਉਹ ਪੈਸੇ ਦਿਓ ਉਹ ਹੋਰ ਕਿਤੇ ਲਾਓ ਯੂਨੀਵਰਸਿਟੀ ਦੇ ਵਿੱਚ ਇੰਨੇ ਕੰਮ ਹੋਣ ਵਾਲੇ ਉਹ ਕਰਾਓ ਉਹ ਕੰਮ ਇਹਨਾਂ ਕਰ ਨਹੀਂ ਜਾਂਦੇ ਕ੍ਰੈਡਿਟ ਇਹਨਾਂ ਨੂੰ ਦੱਸੋ ਕਿ ਜਿੰਨਾ ਜਿਹੜਾ ਕੋਈ ਕ੍ਰੈਡਿਟ ਕੋਈ ਵੀ ਕੰਮ ਕਰਦਾ ਨਾ ਕ੍ਰੈਡਿਟ ਲੈਣ ਨੂੰ ਬੜੇ ਸ਼ੇਰ ਨੇ ਇਹ ਝੂਠੇ ਵਾਦੇ ਕਰ ਦਣਗੇ ਕ੍ਰੈਡਿਟ ਦੇਣਾ ਕੁਝ ਨਹੀਂ ਮੱਤੀ ਲੈਣ ਇਹ ਕ੍ਰੈਡਿਟ ਹੀ ਲੈਂਦੇ ਬਸ ਇਹ ਜਿਹੜੇ ਲੀਡਰ ਆ ਇਹ ਪਹਿਲਾਂ ਹੀ ਵੰਡੀ ਪਾਉਂਦੇ ਆ ਧਰਮਾਂ ਦੀ ਰਾਜਨੀਤੀ ਇਹ ਖੇਡਦੇ ਰਹੇ ਆ ਇਸ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਧਰਮਾਂ ਦੀ ਰਾਜਨੀਤੀ ਬੰਦ ਕੀਤੀ ਜਾਵੇ ਸਿੱਖ Hindu Muslim ਇਹ ਸਾਰੇ ਭਰਾ ਵਾਂ ਠੀਕ ਆ ਕਿ ਨਹੀਂ ਇਹ ਨਹੀਂ ਜੀ ਇਹ ਪ੍ਰਣਾਲੀ ਦਾ ਜੇ ਆਖੋਗੇ ਆਪਾਂ ਵੰਡੀ ਪਾਵਾਂਗੇ ਇਹ ਬਿਲਕੁਲ ਨਹੀਂ ਮੈਂ ਕੰਮ ਹੋਣ ਦਊਗਾ ਇਹ ਸਾਡੀ ਸਾਰੀ ਟੀਮ ਐਸੋਈ ਇਸ ਦਾ ਵਿਰੋਧ ਕਰੂਗੀ ਕਿ ਤੁਸੀਂ ਆਪਣਾ ਇਹ ਧਰਮਾਂ ਦੀ ਰਾਜਨੀਤੀ ਨਹੀਂ ਕਰਨੀ ਇੱਥੇ ਧਰਮਾਂ ਦੀ ਰਾਜਨੀਤੀ ਮਾਨਪ੍ਰੀਤ ਜੀ ਹੋ ਵੀ ਰਹੀ ਆ ਇੱਥੇ ਭਾਈ ਜਸਵੰਤ ਸਿੰਘ ਜੀ ਖਾਲਰਾਜੀ ਵਾਲੇ ਉਹਨਾਂ ਨੇ ਬੋਲਿਆ ਉਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਆ ਉਹਨਾਂ ਤੇ ਮੈਂ ਇਹੋ ਜਿਹੀ ਕੋਈ ਟਿੱਪਣੀ ਸੁਣਨਾ ਵੀ ਨਹੀਂ ਚਾਹੁੰਦਾ ਤਾਂ ਨਾ ਹੀ ਮੈਂ ਸਾਰਿਆਂ ਨੂੰ ਕਹਿ ਦਰਨਾ ਇਹੋ ਜਿਹੀ ਟਿੱਪਣੀ ਤੁਸੀਂ ਕਰੋ ਵੀ ਨਾ ਠੀਕ ਹੈ ਜੀ ਆਪਾਂ ਜੇ ਧਰਮਾਂ ਦੀ ਰਾਜਨੀਤੀ ਨੂੰ ਬੰਦ ਕਰੀਏ ਨਾ ਇੱਥੇ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਸਲਾਹਕਾਰ ਇਹਨਾਂ ਦੇ ਬਾਹਰ ਬੈਠੇ ਆ ਉਹ ਬਾਹਰ ਬੈਠੇ ਇਹਨਾਂ ਨੂੰ ਸਲਾਹ ਦੇ ਰਹੇ ਹੁੰ ਇਹ ਇਦਾਂ ਨਹੀਂ ਆਪਾਂ ਯੂਨੀਵਰਸਿਟੀ ਦੇ ਮੁੱਦੇ ਲੈਣੇ ਆਪਾਂ ਪੰਜਾਬ ਜਾਂ ਹਿਮਾਚਲ ਹਰਿਆਣਾ ਪੂਰੇ ਹਿੰਦੁਸਤਾਨ ਦੇ ਨਹੀਂ ਲੈਣੇ ਤੁਸੀਂ ਪਹਿਲਾਂ ਯੂਨੀਵਰਸਿਟੀ ਨਾਲ ਗੱਲ ਕਰੋ ਫਿਰ ਬਾਦ ਦੀ ਰਾਜਨੀਤੀ ਕਰਾਂਗੇ ਸਾਡੇ ਵੀ ਜਿਹੜੇ ਇੱਥੇ ਟਰਨੋਰ ਚ ਪਿਛਲੇ ਦੇ ਉਹਨਾਂ ਦੇ ਰੇਹ ਆ ਜਦੋਂ ਸਰਕਾਰ ਰਹੀ ਆ ਉਦੋਂ ਉਹ ਵੀ ਮੰਤਰੀ ਸੀ ਉਹ ਵੀ ਇੱਥੋਂ ਕਈ ਪੜ ਕੇ ਗਏ ਨੇ ਉਹ ਇੱਕ ਤਾਂ ਪਹਿਲਾਂ ਮੈਨੂੰ ਇਹ ਦੱਸੋ ਉਹ ਮੰਨ ਲਓ ਕਿ ਉਹਨਾਂ ਨੇ ਕਦੀ ਆਣ ਕੇ ਇੱਥੇ ਵੋਟ ਮੰਗੀ ਯੂਨੀਵਰਸਿਟੀ ਦੇ ਵਿੱਚ ਆਣ ਕੇ ਉਹਨਾਂ ਨੇ ਆਖਿਆ ਉਹਨਾਂ ਨੇ ਕਿਸੇ ਦਿਨ ਨਿਆਣੇ ਦੇ ਘਰ ਫੋਨ ਕੀਤਾ ਜੀ ਹਾਂ ਜੀ ਇਹ ਆਹ ਆਮ ਆਦਮੀ ਚਾ ਜਾਂ ਇਹ ਕਾਂਗਰਸ ਚਾ ਜਾਂ ਇਹ ਫਲਾਨੀ ਪਾਰਟੀ ਚ ਇਹ ਬਿਲਕੁਲ ਨਹੀਂ ਗੱਲ ਹੈ ਕਿ ਜੇ ਵੀ ਆ ਸਟੂਡੈਂਟ ਸੀ ਰਾਜਨੀਤੀ ਇਥੇ ਸਟੂਡੈਂਟਸ ਨੂੰ ਰਹਿੰਦੋ ਇਹ ਨਹੀਂ ਕਿ ਤੁਸੀਂ ਉਹ ਫਲਾਣਾ ਐਮਐਲਏ ਆ ਗਿਆ ਟਮਕਾਣਾ ਮੰਤਰੀ ਆ ਗਿਆ ਉਹ ਆਣ ਕੇ ਇਥੇ ਕੈਂਪੇਨ ਕਰਦਾ ਚੰਗਾ ਲੱਗਦਾ ਜੀ ਉਹ ਆਪਣਾ ਹਲਕਾ ਸੰਭ ਲੈਣ ਇੰਨਾ ਹੀ ਬੜਾ ਪੰਜਾਬ ਯੂਨੀਵਰਸਿਟੀ ਵਿੱਚ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸੋਈ ਦਾ ਪ੍ਰਧਾਨ 2019 ਦੇ ਵਿੱਚ ਰਿਹਾ ਕੌਂਸਲ ਦੇ ਵਿੱਚ ਪ੍ਰਧਾਨਗੀ ਦੀ ਪੋਸਟ ਦੇ ਉੱਪਰ ਰਹੇ ਹੁਣ ਫਿਰ ਯੂਨੀਵਰਸਿਟੀ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਇਸ ਵਾਰ ਦੇ ਜਿਹੜੇ ਇਲੈਕਸ਼ਨ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਆਪਣਾ ਪ੍ਰਧਾਨ ਦੀ ਅਨਾਉਂਸਮੈਂਟ ਕੀਤੀ ਹੈ ਜਿਸ ਨੌਜਵਾਨ ਨੂੰ ਪ੍ਰਧਾਨ ਲਾਇਆ ਗਿਆ ਉਹ ਮੇਰੇ ਨਾਲ ਹੈ ਹਰਕਮਲ ਸਿੰਘ ਪੂਰੇ ਗਿੱਲ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਰਕਮਲ ਕੀ ਹਾਲ ਚਾਲ ਨੇ ਵਧੀਆ ਜੀ ਤੁਸੀਂ ਸੁਣਾਓ ਜੀ ਠੀਕ ਠਾਕ ਵਧੀਆ ਜਿਹੜੀ ਇਸ ਵਾਰ ਤੁਹਾਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਬਹੁਤ ਪਹਿਲੋ ਜਿਹੜਾ ਤੁਸੀਂ ਕਹਿੰਦੇ ਹੋ ਸਾਰੇ ਗਿੱਲ ਵਿੱਚ ਜਿਹੜੇ ਪਾਰਟੀ ਦੇ ਜਾਂ ਕਹਿ ਲਓ ਭਲਾ ਕੇ ਜਿਹੜਾ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਇਹਨੂੰ ਕਿਵੇਂ ਦੇਖ ਰਹੇ ਹੋ ਵਿਖੋ ਜੀ ਪਾਰਟੀ ਨੇ ਮੇਰੇ ਉੱਤੇ ਯਕੀਨ ਕਰਕੇ ਮੇਰੇ ਭਰੋਸੇ ਤੇ ਉਹਨਾਂ ਨੇ ਮੈ ਮੈਂ ਉਹਨਾਂ ਨੂੰ ਕਹਿੰਦਾ ਵਾਂ ਕਿ ਜਿਹੜੀ ਜ਼ਿੰਮੇਵਾਰੀ ਆ ਇਹ ਪੂਰੀ ਦੀ ਪੂਰੀ ਹੋਊਗੀ ਮੈਂ ਆਪਣਾ ਸੋਹਣੀ ਆਪਣਾ 100% ਕਰਕੇ ਦਿਖਾਵਾਂਗਾ ਇੱਥੇ ਗਰਾਊਂਡ ਲੈਵਲ ਤੇ ਕੰਮ ਕਰਨ ਦੇ ਆ ਇਦਾਂ ਹੀ ਕੰਮ ਇਲੈਕਸ਼ਨਾਂ 'ਚ ਹੁੰਦਾ ਰਹੂਗਾ ਇਦਾਂ ਹੀ ਕੰਮ ਅਸੀਂ ਇਲੈਕਸ਼ਨਾਂ ਤੋਂ ਬਾਅਦ ਵੀ ਕਰਾਂਗੇ ਤੁਹਾਡੇ ਮੋਢਿਆਂ ਤੇ ਕਾਫੀ ਭਾਰ ਪਿਆ ਜ਼ਿੰਮੇਵਾਰੀ ਇਹ ਦਿੱਤੀ ਗਈ ਹੈ ਕਿ ਇੱਕ ਪਾਸੇ ਤਾਂ ਇੱਕ ਵਾਰ ਤਾਂ ਤੁਹਾਡੀ ਕੌਂਸਲ ਰਹੀ ਤੇ ਦੂਜੀ ਵਾਰ ਅਗਲੇ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਵੋਟਾਂ ਆ ਜਿਹੜਾ ਅੱਧ ਨਾਲੋਂ ਵੀ ਘਟ ਜਾਂਦਾ ਇੱਕ ਵਾਰ ਤਾਂ ਕੌਂਸਲ ਦੇ ਵਿੱਚ 4000 ਦੇ ਕਰੀਬ 3500 ਦੇ ਵੋਟਾਂ ਆਈਆਂ ਦੂਜੀ ਵਾਰ ਤਾਂ ਬਹੁਤ ਘਟ ਰਹੀ ਪਿਛਲੀ 15 16 ਐ ਤੇ ਹੁਣ ਵੀ ਉਨੀ ਵਿੱਚ ਹੈ ਅਸਲ ਚ ਕਰੋਨਾ ਪੀਰੀਅਡ ਆ ਗਿਆ ਜੀ 2019 ਤੋਂ ਬਾਅਦ ਕਰੋਨਾ ਪੀਰੀਅਡ ਆ ਗਿਆ ਜੋ ਕਿ ਸਾਰੀਆਂ ਪਾਰਟੀਆਂ ਥੋੜੀਆਂ ਡਾਊਨ ਹੋ ਗਈਆਂ ਪਰ ਐਸੋਈ ਪਾਰਟੀ ਐਸੀ ਹੀ ਇੱਥੇ ਹੈ ਕਰੋਨਾ ਟਾਈਮ ਚ ਵੀ ਕੰਮ ਕਰਦੀ ਰਹੀ ਗਰਾਊਂਡ ਨਾਲ ਜੁੜੀ ਰਹੀ ਜਿਹੜੇ ਅਸੀਂ ਕੰਮ ਕੀਤੇ ਆ ਉਹ ਸਾਰਿਆਂ ਨੂੰ ਪਤਾ ਵਾ ਇੱਥੇ ਯੂਨੀਵਰਸਿਟੀ ਵਿੱਚ ਇਕੱਲੇ ਇਕੱਲੇ ਬੱਚੇ ਨੂੰ ਪਤਾ ਵਾ ਅਸੀਂ ਜੇ ਆਪਣਾ ਲਈ ਦਾ ਵਾਸ਼ਿੰਗ ਮਸ਼ੀਨਾਂ ਲਵਾਈਆਂ ਸੋਲਰ ਵਾਲੇ ਗੀਜਰ ਹੋ ਗਏ ਇੱਕ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਜੀ ਬੀ ਡੀ ਐਸ ਡਿਪਾਰਟਮੈਂਟ ਦੇ ਵਿੱਚ ਕਿ ਜੇ ਸਪਲੀ ਆ ਜਾਂਦੀ ਸੀ ਨਾ ਉਹਨੂੰ ਪੂਰੇ ਸੈਮੈਸਟਰ ਦੀ ਫੀਸ ਤਾਰਨੀ ਪੈਂਦੀ ਸੀ ਉਹ ਵੀ ਸਾਡੇ ਟਾਈਮ ਪੀਰੀਅਡ ਚ ਅਸੀਂ ਪਰ ਸਪਲੀ 2000 ਰੁਪਿਆ ਕਰਾਈ ਸੀ ਜੇ ਇੱਥੇ ਕੰਮ ਹੁਣ ਅੱਗੇ ਵੀ ਬਹੁਤ ਕੰਮ ਪਿਆ ਜੀ ਕਰਨ ਵਾਲੇ ਯੂਨੀਵਰਸਿਟੀ ਦੇ ਵਿੱਚ ਐਰ ਕੀ ਵੀ ਅਸੀਂ ਇਹ ਪਹਿਲੇ ਦਿਨ ਤੋਂ ਗਰਾਊਂਡ ਲੈਵਲ ਤੇ ਕੰਮ ਕਰਨ ਦੇ ਆ ਇਦਾਂ ਹੀ ਕੰਮ ਸੀ ਪੂਰੇ ਡਟ ਕੇ ਕਰਾਂਗੇ ਤੇ ਜੇ ਗਾਂਦੇ ਕੰਮ ਦੀ ਗੱਲ ਕਰੀਏ ਪਲੇਸਮੈਂਟਸ ਤਾਂ ਬਹੁਤ ਵੱਡਾ ਮੁੱਦਾ ਜੀ ਹਨਾ ਇਨਫਰਾਸਟ੍ਰਕਚਰ ਦਾ ਬਹੁਤ ਵੱਡਾ ਮੁੱਦਾ ਸਾਨੂੰ ਸਾਡਾ ਇਰਾਦਾ ਕਿ ਅਸੀਂ ਆਪਣੀ ਕਾਉਂਸਲ ਤੇ ਆਉਂਦੇ ਆਂ ਤੇ ਆਡੀਟੋਰੀਅਮ ਬਣਾਵਾਂਗੇ ਇੱਥੇ ਯੂਨੀਵ ਠੀਕ ਹੈ ਜੀ ਤੇ ਜੇ ਹੋਰ ਕਈ ਪਾਰਟੀਆਂ ਇੱਥੇ ਨਿੰਦਦੀਆਂ ਨੇ ਜੀ ਇਹ ਇਦਾਂ ਕਰਦੀ ਸਾਰਿਆਂ ਦੀ ਪੋਲਿਟਿਕਸ ਹੈ ਕਿ ਤੁਹਾਡੇ ਤੇ ਵੀ ਤੁਹਾਡੇ ਪ੍ਰੈਜ਼ੀਡੈਂਟ ਤੇ ਵੀ ਕਈ ਸਵਾਲ ਉੱਠਦੇ ਰਹੇ ਜਾਂ ਤੁਹਾਡੇ ਕਮਾਕਾਰਾਂ ਨੂੰ ਲੈ ਕੇ ਵੀ ਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਸਵਾਲ ਆ ਰਹੇ ਨੇ ਪਰ ਦੂਜੀਆਂ ਪਾਰਟੀਆਂ ਦੀ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਪੁੱਛਣਾ ਚਾਹਾਂਗਾ ਕਿ ਸੋਈ ਨੂੰ ਇਸ ਵਾਰ ਵੋਟ ਵਿਦਿਆਰਥੀ ਕਿਉਂ ਕਰਨ ਤੁਹਾਡੇ ਏਜੰਡੇ ਦੇ ਵਿੱਚ ਕੀ ਹੈ ਨਵਾਂ ਕਿ ਤੁਸੀਂ ਇਹ ਵਿਦਿਆਰਥੀਆਂ ਦੇ ਲਈ ਕਰਨਾ ਹੈ ਮੈਂ ਪੱਤਰਕਾਰ ਸਾਹਿਬ ਤੁਹਾਨੂੰ ਮਨਪ੍ਰੀਤ ਜੀ ਅੱਗੇ ਵੀ ਦੱਸਿਆ ਕਿ ਜਿਹੜੇ ਅਸੀਂ ਕੰਮ ਕਰਨੇ ਆ ਮੈਂ ਹੁਣੇ ਪਿੱਛੇ ਤੁਹਾਨੂੰ ਦੱਸ ਕੇ ਗਿਆ ਕਿ ਪਲੇਸਮੈਂਟਸ ਦੀ ਗੱਲ ਹੋ ਜੇ ਇਨਫਰਾਸਟ੍ਰਕਚਰ ਦੀ ਗੱਲ ਹੋ ਜੇ ਹੋਸਟਲ ਦੇ ਰਿਕਰਡਿੰਗ ਗੱਲ ਹੋ ਜੇ ਜੇ ਇੰਨੇ ਕੰਮ ਬਹੁਤ ਕੰਮ ਹੈ ਯੂਨੀਵਰਸਿਟੀ ਦੇ ਵਿੱਚ ਕਰ ਲਈ ਇਹ ਸਾਰੇ ਕੰਮ ਸਾਡੀ ਐਸੋਈ ਪਾਰਟੀ ਕਰੂਗੀ ਨਹੀਂ ਬਿਲਕੁਲ ਜੀ ਇਹ ਏਜੰਡੇ ਦੇ ਵਿੱਚ ਆ ਇਹ ਅਸੀਂ ਕੰਮ ਕਰਾਂਗੇ ਵੀ ਆਉਣ ਵਾਲੀ ਕੌਂਸਲ ਦੇ ਵਿੱਚ ਇਹ ਕੰਮ ਹੋਣਗੇ ਵੀ ਇਹ ਨਹੀਂ ਕਿ ਹੁਣ ਜਦ ਨਾਇਕ ਦੀ ਟੀਮ ਆਈ ਤੇ ਸਾਰੀ ਯੂਨੀਵਰਸਿਟੀ ਦੇ ਵਿੱਚ ਰੰਗ ਹੋ ਗਏ ਆ ਅਸਟੂਸੀ ਤੋਂ ਤੁਸੀਂ ਵੇਖ ਲਓ ਜਿਹੜੇ ਮਾਉਂਟਨ ਡਿਊ ਵਾਲੇ ਬੈਂਚ ਲੱਗੇ ਨੇ ਇਹ ਸਭ ਨਾਇਕ ਦੀ ਵਿਜ਼ਿਟ ਕਰਕੇ ਹੋਇਆ ਵਾ ਇਹ ਕਿਸੇ ਦਾ ਕ੍ਰੈਡਿਟ ਨਹੀਂ ਜੀ ਉਹਨ ਕੁਝ ਟਾਈਮ ਪਹਿਲਾਂ ਮੈਂ ਸੀਵਾਈਐਸ ਦੇ ਆਗੂ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਬਿਊਟੀਫਿਕੇਸ਼ਨ ਅਸੀਂ ਕਰਵਾਈ ਆ ਯਾਰ ਕਹਿੋ ਜੀ ਭੋਲੀਆਂ ਗੱਲਾਂ ਕਰਨ ਕਿ ਇੱਥੇ ਕਿੰਨੀ ਕਹਦੇ ਕਰਕੇ ਇੰਨੀ ਬਿਊਟੀਫਿਕੇਸ਼ਨ ਹੋਈ ਆ ਇਹ ਨੈਕ ਦੀ ਟੀਮ ਔਨ ਕਰਕੇ ਹੋਈ ਆ ਹੁਣ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਆਣ ਕੇ ਐਲਾਨ ਕਰ ਜਾਂਦੇ ਇੱਥੇ ਹੋਸਟਲ ਬਣਾ ਦੋ ਹੋਸਟਲ ਦਾ ਇੱਕ ਪੈਸਾ ਤੇ ਆਇਆ ਨਹੀਂ ਹੋਸਟਲ ਕਿੱਥੋਂ ਬਣ ਗਏ ਖਾਤੇ ਦੇ ਵਿੱਚ ਇੱਕ ਪੈਸਾ ਆਇਆ ਨਹੀਂ ਆ ਹੋਸਟਲ ਕਿੱਥੋਂ ਬਣ ਗਏ ਇੱਥੇ ਵੀਸੀ ਮੈਡਮ ਦੀ ਜਵਾਨੀ ਸੀ ਕਿ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਤੁਸੀਂ ਉਹ ਪੈਸੇ ਦਿਓ ਉਹ ਹੋਰ ਕਿਤੇ ਲਾਓ ਯੂਨੀਵਰਸਿਟੀ ਦੇ ਵਿੱਚ ਇੰਨੇ ਕੰਮ ਹੋਣ ਵਾਲੇ ਉਹ ਕਰਾਓ ਉਹ ਕੰਮ ਇਹਨਾਂ ਕਰ ਨਹੀਂ ਜਾਂਦੇ ਕ੍ਰੈਡਿਟ ਇਹਨਾਂ ਨੂੰ ਦੱਸੋ ਕਿ ਜਿੰਨਾ ਜਿਹੜਾ ਕੋਈ ਕ੍ਰੈਡ ਕੋਈ ਵੀ ਕੰਮ ਕਰਦਣਾ ਕ੍ਰੈਡਿਟ ਲੈਣ ਨੂੰ ਬੜੇ ਸ਼ੇਰ ਨੇ ਇਹ ਝੂਠੇ ਵਾਦੇ ਕਰ ਦਣਗੇ ਕ੍ਰੈਡਿਟ ਦੇ ਦਿੰਦਾ ਕੁਝ ਨਿੰਮਤ ਹੀ ਲੈ ਲੋ ਇਹ ਕ੍ਰੈਡਿਟ ਹੀ ਲੈਂਦੇ ਬਸ ਕੌਂਸਲ ਦੇ ਵਿੱਚ ਕਹਿੰਦੇ ਜਿਹੜਾ ਅਸੀਂ ਕਿਹਾ ਸੀਗਾ ਉਹ ਸਾਰੇ ਕੰਮ ਹੋਏ ਨੇ ਸਾਡੇ ਤੱਕ ਮੈਨੂੰ ਤਾਂ ਨਹੀਂ ਲੱਗਦਾ ਦੱਸੋ ਜੀ ਮੈਂ ਤਾਂ ਪ੍ਰਧਾਨ ਨੂੰ ਵੇਖੇ ਨੂੰ ਬੜਾ ਟਾਈਮ ਹੋ ਗਿਆ ਆ ਹੁਣ ਇਲੈਕਸ਼ਨਾਂ ਦੇ ਵਿੱਚ ਫੇਰ ਆਇਆ ਵਰਸਾਤੀ ਡੱਡੂਆਂ ਵਾਂਗੂ ਜਾ ਕੀ ਹੈ ਕਿ ਆਪਣ ਨਾਲੀ ਦਾ ਪ੍ਰਧਾਨ ਕੈਂਪਸ ਤੋਂ ਗੈਪ ਸੀ ਗੈਪ ਸੀ ਬਿਲਕੁਲ ਜੀ ਕਈ ਮੈਨੂੰ ਨਾ ਕਿਸੇ ਬੱਚੇ ਦਾ ਇੱਕ ਵ ਤੇ ਮੈਂ ਕਿਹਾ ਕਿ ਉੱਤੇ ਵੇਖੋ ਉੱਤੇ ਬੈਠੇ ਨੇ ਆਂਦੇ ਮੈਨੂੰ 2 ਦਿਨ ਹੋ ਗਏ ਉੱਤੇ ਨਹੀਂ ਮੈਨੂੰ ਦਿਖੇ ਹਾਂ ਠੀਕ ਹੈ ਜੀ ਇਹ ਜੇ ਇਦਾਂ ਆਪਾਂ ਇਹ ਨਹੀਂ ਜਿੱਤ ਕੇ ਆਪਾਂ ਆਉਣਾ ਹੀ ਨਹੀਂ ਕਿਸੇ ਸਟੂਡੈਂਟਸ ਦੀ ਆਪਾਂ ਗੱਲ ਹੀ ਨਹੀਂ ਸੁਣੀ ਇਹੋ ਜੀ ਜਿੱਤ ਨੂੰ ਆਪਾਂ ਕੀ ਕਰਨਾ ਦੂਜੀਆਂ ਪਾਰਟੀਆਂ ਵੀ ਤਾਂ ਅਕਸਰ ਦਾਵਾ ਕਰਦੀਆਂ ਨੇ ਇੱਥੇ ਐਨਐਸਯੂ ਆਈ ਹੈ ਏਬੀਵੀਪੀ ਏਬੀਜੇਪੀ ਦੀ ਹੋਰ ਵਿਦਿਆਰਥੀ ਖੱਬੀਆਂ ਧਿਰਾਂ ਨੇ ਉਹ ਵੀ ਐਸਐਫਐਸ ਹੈ ਜਾਂ ਹੋਰ ਵਿਦਿਆਰਥੀ ਜਿੱਥੇ ਬੰਦੀਆਂ ਵੀ ਦਾਵਾ ਕਰਦੀਆਂ ਨੇ ਕਿ ਵੀ ਅਸੀਂ ਵਿਦਿਆਰਥੀਆਂ ਦੀ ਰਿਪਰੈਜ਼ੈਂਟੇਸ਼ਨ ਸਹੀ ਤਰੀਕੇ ਨਾਲ ਕਰਦੇ ਆਂ ਤੁਸੀਂ ਹੁਣ ਦੱਸੋ ਕਿ ਉਹਨਾਂ ਤੋਂ ਸવાય ਹਟ ਕੇ ਉਹ ਉਹ ਵੀ ਕੌਂਸਲਾਂ ਦੇ ਵਿੱਚ ਰਹੀਆਂ ਨੇ ਅਲੱਗ-ਅਲੱਗ ਸਮਿਆਂ ਦੇ ਵਿੱਚ ਸੀਵੀਐਸਐਸ ਦਾ ਚਲੋ ਇਸ ਵਾਰ ਨਵੀਂ ਪਾਰਟੀ ਸੀ ਲਾਸਟ ਵੇ ਉਹਨਾਂ ਤੋਂ ਤੁਹਾਨੂੰ ਕਿਵੇਂ ਲੱਗਦਾ ਉਹਨਾਂ ਦੇ ਨਾਲ ਤੁਸੀਂ ਵੱਖਰੇ ਕਿਵੇਂ ਹੋ ਜਾਂ ਜਿਆਦਾ ਵਧੀਆ ਕਿਉਂ ਆ ਪిల్లా ਮਨਪ੍ਰੀਤ ਜੀ ਮੈਂ ਤੁਹਾਡੇ ਚੈਨਲ 'ᱨ ਆਈ ਸਾਰੇ ਸਟੂਡੈਂਟਸ ਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਇਹ ਜਿਹੜੇ ਲੀਡਰ ਆ ਇਹ ਪਹਿਲਾਂ ਹੀ ਵੰਡੀ ਪਾਉਂਦੇ ਆ ਧਰਮਾਂ ਦੀ ਰਾਜਨੀਤੀ ਇਹ ਖੇਡਦੇ ਰਹੇ ਆ ਇਸ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਧਰਮਾਂ ਦੀ ਰਾਜਨੀਤੀ ਬੰਦ ਕੀਤੀ ਜਾਵੇ ਸਿੱਖ ਹਿੰਦੂ ਮੁਸਲਮਾਨ ਇਹ ਸਾਰੇ ਭਰਾ ਵਾਂ ਠੀਕ ਹੈ ਕਿ ਨਹੀਂ ਇਹ ਨਹੀਂ ਜੀ ਇਹ ਪ੍ਰਣਾਲੀ ਦਾ ਜੇ ਆਖੋਗੇ ਆਪਾਂ ਵੰਡੀ ਪਾਵਾਂਗੇ ਇਹ ਬਿਲਕੁਲ ਨਹੀਂ ਮੈਂ ਕੰਮ ਹੋਣ ਦਊਗਾ ਇਹ ਸਾਡੀ ਸਾਰੀ ਟੀਮ ਐਸੋਈ ਇਸ ਦਾ ਵਿਰੋਧ ਕਰੂਗੀ ਕਿ ਤੁਸੀਂ ਆਪਣਾ ਇਹ ਧਰਮਾਂ ਦੀ ਰਾਜਨੀਤੀ ਨਹੀਂ ਕਰਨੀ ਇੱਥੇ ਧਰਮਾਂ ਦੀ ਰਾਜਨੀਤੀ ਮਾਨਪ੍ਰੀਤ ਜੀ ਹੋ ਵੀ ਰਹੀ ਆ ਇੱਥੇ ਭਾਈ ਜਸਵੰਤ ਸਿੰਘ ਜੀ ਖਾਲਰਾ ਜੀ ਵਾਲੇ ਉਹਨਾਂ ਨੇ ਬੋਲਿਆ ਉਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਆ ਉਹਨਾਂ ਤੇ ਮੈਂ ਇਹੋ ਜੀ ਕੋਈ ਟਿੱਪਣੀ ਸੁਣਨਾ ਵੀ ਨਹੀਂ ਚਾਹੁੰਦਾ ਤਾਂ ਨਾ ਹੀ ਮੈਂ ਸਾਰਿਆਂ ਨੂੰ ਕਹਿ ਦਰਨਾ ਇਹੋ ਜੀ ਟਿੱਪਣੀ ਤੁਸੀਂ ਕਰੋ ਵੀ ਠੀਕ ਹੈ ਜੀ ਆਪਾਂ ਜੇ ਧਰਮਾਂ ਦੀ ਰਾਜਨੀਤੀ ਨੂੰ ਬੰਦ ਕਰੀਏ ਨਾ ਇੱਥੇ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਕਿ ਜਿਹੜੇ ਉਹ ਵਿਦਿਆਰਥੀ ਅਗਲੇ ਜਸਵੰਤ ਸਿੰਘ ਖਾਲੜਾ ਵਾਲਾ ਫੋਟੋ ਵਾਲਾ ਇਸ਼ੂ ਆਇਆ ਵੱਡਾ ਇਸ਼ੂ ਬਣ ਗਿਆ ਕੈਂਪਸ ਦੇ ਵਿੱਚ ਕਿ ਜਿਹੜਾ ਇਹ ਪਾਰਟੀਆਂ ਭਾਈ ਸਾਹਿਬ ਦੀ ਜਿਹੜੀ ਫੋਟੋ ਇੱਥੇ ਜਸਵੰਤ ਸਿੰਘ ਖਾਲੜਾ ਦੀ ਫੋਟੋ ਲੱਗੀ ਹੈ ਤਾਂ ਇਹ ਰਾਜਨੀਤੀ ਕਰ ਰਹੇ ਨੇ ਇੱਕ ਉਸ ਵਕਤ ਨੂੰ ਯਾਦ ਕਰਾ ਰਹੇ ਨੇ ਜਿਹੜਾ 84 ਦਾ ਵਕਤ ਯਾਰ 84 ਦਾ ਵਕਤ ਤੇ ਮੇਰੇ ਹਿਸਾਬ ਨਾਲ ਇੱਥੇ ਮਿੰਨਮਣੀ ਚਲੋ ਹਨਾ ਪਤਾ ਮੈਂ ਤੇ ਉਦੋਂ ਹੈਗਾ ਨਹੀਂ ਇੱਥੇ ਕਈ ਬੰਦੇ ਆਇਆ ਹੀ ਨਹੀਂ ਆ ਉਹਨਾਂ ਨੇ ਸੁਨੀਆਂ ਸੁਨਈਆਂ ਗੱਲਾਂ ਕਰ ਦਿੰਦੇ ਆ ਜਿਨ੍ਹਾਂ ਨੇ 84 ਹੰਡਾਈ ਆ ਪੰਜਾਬ ਦੇ ਵਿੱਚ ਆਣ ਕੇ ਵੇਖੋ ਜਿਹੜੀ 84 ਜਿਨ੍ਹਾਂ ਨੇ ਹੰਡਾਈ ਆ ਮਾਝੇ ਏਰੀਆ ਚ ਆਣ ਕੇ ਵੇਖੋ ਜਿਨ੍ਹਾਂ ਨੇ 84 ਹੰਡਾਈ ਆ ਇਹ ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਇੱਥੇ ਯੂਨੀਵਰਸਿਟੀ ਦੇ ਵਿੱਚ ਬਣਾ ਇਦਾਂ ਕਰੋ ਕਿ ਤੁਸੀਂ ਧਰਮਾਂ ਦੀ ਰਾਜਨੀਤੀ ਕਰੀ ਜਾਓ ਉਹਨਾਂ ਨੇ ਮਨੁੱਖਤਾ ਹੀ ਸੇਵਾ ਕੀਤੀ ਉੱਤੇ ਕੋਈ ਟਿੱਪਣੀ ਨਹੀਂ ਹੋਣੀ ਚਾਹੀਦੀ ਜੀ ਉਹਨਾਂ ਤੇ ਉਨਾ ਦੀ ਤਸਵੀਰ ਆ ਜੀ ਬਿਲਕੁਲ ਜੀ ਉਹਨਾਂ ਦੀ ਜ਼ਰੂਰੀ ਤਸਵੀਰ ਆ ਇਹ ਹੈ ਕਿ ਆਪਾਂ ਸਟੂਡੈਂਟਸ ਦੇ ਮੁੱਦੇ ਦੇ ਵੇਖਣ ਨਹੀਂ ਨੇ ਆਪਾਂ ਕਿਹਦੇ ਇਸ਼ਾਰੇ ਤੇ ਚੱਲਣ ਦੇ ਮੈਨੂੰ ਤੇ ਇਹ ਨਹੀਂ ਪਤਾ ਸਮਝ ਲੱਗਣ ਦੀ ਇਹਨਾਂ ਦੂਜੀਆਂ ਪਾਰਟੀਆਂ ਦੀ ਆਪਾਂ ਯੂਨੀਵਰਸਿਟੀ ਦੇ ਵਿੱਚ ਰਾਜਨੀਤੀ ਕਰਨੇ ਤੁਸੀਂ ਬਾਹਰ ਲਿਆ ਕਿਉਂ ਇਨਵੋਲ ਕਰਨ ਦੇ ਲਈ ਮੈਂ ਤੁਮ ਮੁਸਲਮ ਦੀ ਪੋਲਿਟਿਕਸ ਤਾਂ ਦੇਸ਼ ਦੇ ਵਿੱਚ ਹੋ ਰਹੀ ਹੈ ਘੱਟ ਗਿਣਤੀਆਂ ਦੇ ਖਿਲਾਫ ਜੀ ਗੱਲ ਕੀਤੀ ਜਾਵੇ ਤਾਂ ਫਿਰ ਉਹ ਮਾਡਲ ਤੁਸੀਂ ਯੂਨੀਵਰਸਿਟੀ ਦੇ ਵਿੱਚ ਕਾ ਲੈ ਕੇ ਆ ਉਹ ਮੈਂ ਇਹੋ ਗੇਤਨ ਮੰਨਦੇ ਆਂ ਇਹਦੀ ਗੱਲ ਕਹਿਣ ਦਾ ਕਿ ਉਹ ਆਪਾਂ ਯੂਨੀਵਰਸਿਟੀ ਦੀ ਰਾਜਨੀਤੀ ਕਰਨ ਦੇ ਆ ਸਲਾਹਕਾਰ ਇਹਨਾਂ ਦੇ ਬਾ ਇਹ ਇਦਾਂ ਨਹੀਂ ਆਪਾਂ ਯੂਨੀਵਰਸਿਟੀ ਦੇ ਮੁੱਦੇ ਲੈਣੇ ਆ ਆਪਾਂ ਪੰਜਾਬ ਜਾਂ ਹਿਮਾਚਲ ਹਰਿਆਣਾ ਪੂਰੇ ਹਿੰਦੁਸਤਾਨ ਦੇ ਨਹੀਂ ਲੈਣੇ ਤੁਸੀਂ ਪਹਿਲਾਂ ਯੂਨੀਵਰਸਿਟੀ ਨਾਲ ਗੱਲ ਕਰੋ ਫਿਰ ਬਾਦ ਦੀ ਰਾਜਨੀਤੀ ਕਰਾਂਗੇ ਤੁਸੀਂ ਇੱਕ ਤੇ ਮੰਤਰੀ ਆ ਜਾਂਦੇ ਇੱਥੇ ਵੋਟਾਂ ਮੰਗਣ ਮੰਤਰੀਆਂ ਨੂੰ ਤੇ ਚਾਹੀਦੀਆਂ ਨਹੀਂ ਵੋਟਾਂ ਮੰਗਣੀਆਂ ਇੱਥੇ ਮੰਤਰੀ ਆਣ ਕੇ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਘਰੇ ਫੋਨ ਕਰਨਗੇ ਕਿ ਤੁਸੀਂ ਸਾਡੀ ਪਾਰਟੀ ਨਾਲ ਜੁੜਿਆ ਵਾ ਇੱਥੇ ਆਣ ਕੇ ਕਿਸੇ ਹੋਰ ਦੀ ਨਾਲ ਤੁਰਿਆ ਫਿਰਦਾ ਇਹ ਬਿਲਕੁਲ ਸਾਡੇ ਮੰਤਰੀ ਇੱਥੋਂ ਪੜੇ ਆ ਮੈਂ ਹੁਣੇ ਸੀਵੀਐਸਐਸ ਤੁਸੀਂ ਤੁਹਾਨੂੰ ਦੱਸ ਕੇ ਹਟਿਆ ਕਿ ਪਹਿਲਾਂ ਵੀ ਉਹਨਾਂ ਦੇ ਨਾਲ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਹਾਡੇ ਮਿਨਿਸਟਰ ਇੱਥੇ ਆਉਂਦੇ ਨੇ ਵੋਟਾਂ ਨੂੰ ਜਿਹੜੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦੇ ਨੇ ਇਲੈਕਸ਼ਨਾਂ ਦੇ ਦਰਮਿਆਨ ਉਹ ਕਹਿੰਦੇ ਇਹ ਤਾਂ ਇੱਥੋਂ ਪੜੇ ਆ ਤਾਂ ਆਉਂਦੇ ਆ ਪੜੇ ਸਾਡੇ ਵੀ ਮੰਤਰੀ ਪੜੇ ਨੇ ਇੱਥੋਂ ਜੀ ਸਾਡੇ ਵੀ ਜਿਹੜੇ ਇੱਥੇ ਟਰਨੋਰ ਚ ਪਿਛਲੀ ਉਹਨਾਂ ਦੇ ਰਹੇ ਆ ਜਦੋਂ ਸਰਕਾਰ ਰਹੀ ਆ ਉਦੋਂ ਉਹ ਵੀ ਮੰਤਰੀ ਸੀ ਉਹ ਵੀ ਇੱਥੋਂ ਕਈ ਪੜ ਕੇ ਗਏ ਨੇ ਉਹ ਇੱਕ ਤਾਂ ਪਹਿਲਾਂ ਮੈਨੂੰ ਇਹ ਦੱਸੋ ਉਹ ਮੰਨ ਲਓ ਕਿ ਉਹਨਾਂ ਨੇ ਕਦੀ ਆਣ ਕੇ ਇੱਥੇ ਵੋਟ ਮੰਗੀ ਯੂਨੀਵਰਸਿਟੀ ਦੇ ਵਿੱਚ ਆਣ ਕੇ ਉਹਨਾਂ ਨੇ ਆਖਿਆ ਉਹਨਾਂ ਨੇ ਕਿਸੇ ਦਿਨ ਨਿਆਣੇ ਦੇ ਘਰ ਫੋਨ ਕੀਤਾ ਜੀ ਹਾਂ ਜੀ ਇਹ ਆਹ ਆਦਮੀ ਚਾ ਜਾਂ ਇਹ ਕਾਂਗਰਸ ਚਾ ਜਾਂ ਇਹ ਫਲਾਨੀ ਪਾਰਟੀ ਚਾ ਠੀਕ ਹੈ ਕਿ ਨਹੀਂ ਇੱਥੇ ਆਣ ਕੇ ਗੱਲ ਕਰੋ ਇਹ ਬਿਲਕੁਲ ਨਹੀਂ ਗੱਲ ਹੈਗੀ ਜੇ ਵੀ ਆ ਸਟੂਡੈਂਟਸ ਦੀ ਰਾਜਨੀਤੀ ਇੱਥੇ ਸਟੂਡੈਂਟਸ ਨੂੰ ਰਹਿਣ ਦੋ ਇਹ ਨਹੀਂ ਕਿ ਤੁਸੀਂ ਉਹ ਫਲਾਣਾ ਐਮਐਲਏ ਆ ਗਿਆ ਟਮਕਾਣਾ ਮੰਤਰੀ ਆ ਗਿਆ ਉਹ ਆਣ ਕੇ ਇੱਥੇ ਕੈਂਪੇਨ ਕਰਦਾ ਚੰਗਾ ਲੱਗਦਾ ਜੀ ਉਹ ਆਪਣਾ ਹਲਕਾ ਸੰਭਲੇ ਨਾ ਇੰਨਾ ਹੀ ਬੜਾ ਪੰਜਾਬ ਦੇ ਵਿੱਚ ਹੁਣ ਪਾਣੀ ਦੀ ਮ ਉੱਥੇ ਮੰਤਰੀ ਕੋ ਜਾ ਨਹੀਂ ਜਾਣਦੇ ਆ ਇੱਥੇ ਮੰਤਰੀ ਹੁਣੇ ਪੱਜ ਕੇ ਆ ਜਾਂਦੇ ਨੇ ਇਹ ਬਿਲਕੁਲ ਨਹੀਂ ਇਦਾਂ ਦੀ ਰਾਜਨੀਤੀ ਕੀਤੀ ਜਾਵੇ ਸਿੱਧੀ ਜੀ ਗੱਲ ਹੈ ਸਟੂਡੈਂਟਸ ਦੇ ਹੱਕ ਦੀ ਉਹਨਾਂ ਦੀ ਰਾਜਨੀਤੀ ਕੀਤੀ ਜਾਵੇ ਇੱਥੇ ਇੰਨੇ ਮੁੱਦੇ ਆ ਉਹਨਾਂ ਨੂੰ ਜੇ ਫੀਸ ਹਾਈਕ ਦਾ ਮੁੱਦਾ ਸੀ ਨਾ ਤਿੰਨ ਰਾਤ ਵੀ ਸੀਓ ਆਫਿਸ ਦੇ ਬਾਹਰ ਮੈਂ ਖੁਦ ਸੁੱਤਾ ਧਰਨਾ ਲੱਗਾ ਚੌਥੇ ਦਿਨ ਉਹਨਾਂ ਨੇ ਸਾਨੂੰ ਆਫੀਸ਼ੀਅਲੀ ਲੈਟਰ ਦਿੱਤੀ ਕਿ ਜਿਹੜੀ ਫੀਸ ਆ ਪੁਰਾਣੇ ਸੈਮੈਸਟਰ ਦੀ ਤਾਰੀਖ ਨਾਲ ਡੇਟ ਐਕਸਟੈਂਡ ਕਰਾ ਕੇ ਦਿੱਤੀ ਇਸ ਸੈਨੇਟ ਤੇ ਸਿੱਧੀ ਗੇਟ ਦੇ ਵਿੱਚ ਮੁੱਦਾ ਜਾਊਗਾ ਉੱਥੇ ਫੇਰ ਅਸੀਂ ਪ੍ਰੋਟੈਸਟ ਕਰਾਂਗੇ ਅੱਛਾ ਮੈਨੂੰ ਇੱਕ ਇਹ ਵੀ ਦੱਸਿਓ ਕਿ ਜਿਹੜਾ ਤੁਸੀਂ ਕਹਿੰਦੇ ਇਹਨਾਂ ਦੇ ਮਿਨਿਸਟਰ ਆਉਂਦੇ ਨੇ ਜਾਂ ਹਨਾ ਇੱਕ ਮਸਲਾ ਇਹ ਵੀ ਰਿਹਾ ਹੈ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਕਿ ਜਿਹੜਾ ਜਦੋਂ ਪ੍ਰਭਾਵਿਤ ਜਿਵੇਂ ਵਿਦਿਆਰਥੀਆਂ ਨੂੰ ਤੁਸੀਂ ਉਹ ਮਿਨਿਸਟਰ ਇੱਕ ਚਾਰਮ ਪ੍ਰਭਾਵਿਤ ਕਰਦਾ ਤੁਹਾਡੇ ਤੇ ਇਹ ਵੀ ਰਿਹਾ ਕਿ ਇੱਕ ਜਿਹੜੀ ਗੱਡੀਆਂ ਦੀ ਰਾਜਨੀਤੀ ਹੈ ਜਾਂ ਇੱਕ ਕਾਕੇ ਸ਼ਾਈ ਦੀ ਪੋਲਿਟਿਕਸ ਹੈ ਜਥੇ ਬੰਦੀਆਂ ਕਹਿੰਦੀਆਂ ਨੇ ਕਿ ਕੈਂਪਸ ਦੇ ਵਿੱਚ ਪੂਰੇ ਗੇੜੀ ਰੂਟ ਬਣਾ ਦੇਣਾ ਗੱਡੀਆਂ ਘਮਾਉਣਾ ਹਨਾ ਇੱਕ ਪ੍ਰਭਾਵ ਪਾਉਣਾ दारू ਪਿਉਣਾ ਹਨਾ ਮੰਜਮੇ ਤੁਸੀਂ ਮੰਤਰੀ ਜੀ ਦੇ ਪ੍ਰਭਾਵੇ ਡਾਉਂਦੇ ਕਿ दारू ਦੇ ਨਾਲ ਕਲੱਬਾਂ ਚ ਲਿਆ ਕੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਯਾਰ ਵਿਦਿਆਰਥੀ ਵੀ ਅੱਜਕੱਲ ਦੇ ਸਿਆਣੇ ਆ ਅਸੀਂ ਵਿਦਿਆਰਥੀਆਂ ਨੂੰ ਖਰੀਦੇ ਥੋੜੀ ਇਹ ਖਰੀਦਣ ਆਉਂਦੇ ਵਿਦਿਆਰਥੀਆਂ ਨੂੰ ਜੇ ਤੁਸੀਂ ਗੱਲ ਕਰਦੇ ਕਾਕਾ ਸ਼ਾਈ ਦੀ ਕਿ ਗੱਡੀਆਂ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਗੱਡੀਆਂ ਸਾਡੇ ਕੋਲ ਹੈਗੀਆਂ ਵਾ ਤੇ ਅਸੀਂ ਗੱਡੀ ਤੇ ਆ ਸਾਡੇ ਕੋਲ ਮੋਟਰਸਾਈਕਲ ਹੈ ਤੇ ਮੋਟਰਸਾਈਕਲ ਤੇ ਆ ਸਾਡੇ ਕੋਲ ਸਾਈਕਲ ਆ ਤੇ ਅਸੀਂ ਸਾਈਕਲ ਤੇ ਆ ਜਿਵੇਂ ਅਸੀਂ ਤੁਰ ਕੇ ਵੀ ਰਾਜਨੀਤੀ ਕਰ ਸਕਦੇ ਆ ਅਸੀਂ ਤਾਂ ਪਹਿਲਾਂ ਸਟੂਡੈਂਟਸ ਦੇ ਮੁੱਦੇ ਸੁਣਨੇ ਆ ਅਸੀਂ ਤੁਰ ਕੇ ਵੀ ਜਾਣੇ ਆ ਜੇ ਸਾਡੇ ਕੋਲ ਗੱਡੀ ਹੈ ਤਾਂ ਅਸੀਂ ਗੱਡੀ ਤੇ ਕਿਉਂ ਨਾ ਹੋਈਏ ਜੀ ਸਾਡੇ ਕੋਲ ਗੱਡੀ ਹੈਗੀ ਆ ਅਸੀਂ ਗੱਡੀ ਤੇ ਤੁਸੀਂ ਕਹਿੰਦੇ ਖਰੀਦੋ ਫਰੋਕਤ ਹੁੰਦੀ ਆ ਇਸ ਮਸਲੇ ਦੀ ਤੁਸੀਂ ਖੁਦ ਹਾਮੀ ਭਰੀ ਆ ਕਿ ਵਿਦਿਆਰਥੀਆਂ ਨੂੰ ਤੁਸੀਂ ਨਹੀਂ ਖਰੀਦਦੇ ਪਰ ਇਹ ਖਰੀਦਦੇ ਨੇ ਕੌਣ ਯਾਰ ਮੈਂ ਇਹ ਗੱਲ ਕੀਤੀ ਕਿ ਵਿਦਿਆਰਥੀਆਂ ਨੂੰ ਕੋਈ ਨਹੀਂ ਖਰੀਦ ਸਕਦਾ ਵਿਦਿਆਰਥੀ ਦਾ ਜਿੱਥੇ ਜਿਹਨੂੰ ਉਹਦਾ ਕੰਮ ਚੰਗਾ ਲੱਗੂ ਗਰਾਊਂਡ ਲੈਵਲ ਦਾ ਉਨ ਨੇ ਉੱਥੇ ਵੋਟ ਦੇਣੀ ਆ ਇਹ ਪੁਲਜਣ ਕੀ ਅਸੀਂ ਇਹਨਾਂ ਨੂੰ ਖਰੀਦ ਲਾਂਗੇ ਜਾਂ ਇਹ ਯੂਨੀਵਰਸਿਟੀ ਦੀ ਇਲੈਕਸ਼ਨ ਦੇ ਵਿੱਚ ਮੰਤਰੀ ਆਣ ਕੇ ਆਖੂਗਾ ਕਿ ਮੇਰੇ ਸੋਫੇ ਲਾਗੇ ਬਹਿ ਕੇ ਤੇ ਇਹ ਇੱਕ ਫੋਟੋ ਖਿਚਾ ਜੂ ਕੋਈ ਤੇ ਕੋਈ ਆਖੂਗਾ ਯਾਰ ਮੈਂ ਤਾਂ ਫਲਾਣੇ ਮੰਤਰੀ ਨਾਲ ਫੋਟੋ ਖਿਚਾਇਆ ਹੁਣ ਤੇ ਉਹਨੇ ਤਾਂ ਮੇਰੀ ਗੱਲ ਹੀ ਬੜੀ ਵਧੀਆ ਸੁਣੀ ਤੇ ਮੈਂ ਉਹਨੂੰ ਵੋਟ ਦੇਣੀ ਇਹ ਬਿਲਕੁਲ ਨਹੀਂ ਹੁੰਦਾ ਜੀ ਸਟੂਡੈਂਟਸ ਨੂੰ ਵੀ ਪਤਾ ਵਾ ਕਿ ਇੱਥੇ ਕੋਈ ਕੰਮ ਕਰਨ ਤੇ ਹੁੰਦਾ ਨਹੀਂ ਹੈ ਸਟੂਡੈਂਟ ਇਹ ਚਾਂਸੇ ਦੇ ਵਿੱਚ ਆਉਣ ਵਾਲੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਇਸ ਚਾਂਸੇ ਦੇ ਵਿੱਚ ਸਟੂਡੈਂਟਸ ਬਿਲਕੁਲ ਨਹੀਂ ਆਉਣਗੇ ਉਹਨਾਂ ਨੇ ਕੰਮ ਵੇਖਣੇ ਆ ਜਿਹਦਾ ਕੰਮ ਬੋਲਦਾ ਉਹ ਉਹਨੂੰ ਵੋਟ ਪਈਗੀ ਜੀ ਅੱਛਾ ਇੱਕ ਹੋਰ ਹੈ ਕਿ ਇਹ ਇਕੱਲੇ ਪੰਜਾਬ ਦੇ ਵਿਦਿਆਰਥੀ ਨਹੀਂ ਹੋਰ ਸੂਬਿਆਂ ਦੇ ਵੀ ਵਿਦਿਆਰਥੀ ਆਗੇ ਨੇ ਤੇ ਤੁਹਾਡੀ ਖਾਸ ਤੌਰ ਤੇ ਇੱਕ ਸਿੱਖ ਪਹਿਚਾਣ ਹੈ ਇਸ ਤਰ੍ਹਾਂ ਦਾ ਵੀ ਇੱਕ ਪੋਲਿਟਿਕਸੇ ਤੋਂ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਕੋਈ ਬੋਲਦੇ ਵੀ ਪੰਜਾਬੀ ਹੋ ਤਾਂ ਤੁਸੀਂ ਉਹਨਾਂ ਵਿਦਿਆਰਥੀਆਂ ਦੇ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਕਰ ਰਹੇ ਹੋ ਕਿ ਮਤਲਬ ਜਿਹੜਾ ਤੁਸੀਂ ਕਹਿ ਰਹੇ ਹੋ ਪਹਿਲਾਂ ਕਹਿ ਰਹੇ ਸੀ ਕਿ ਸਾਂਝੀ ਰਾਜਨੀਤੀ ਕਰਦੇ ਹੋ ਤੁਸੀਂ ਕਿ ਵੰਡੀਆਂ ਪਾਉਣ ਵਾਲੀ ਰਾਜਨੀਤੀ ਹੋਰ ਲੋਕ ਕਰ ਰਹੇ ਨੇ ਮੈਂ ਤੁਹਾਨੂੰ ਦੱਸਦਾ ਅਸੀਂ ਬੋਲਦੇ ਵੀ ਪੰਜਾਬੀ ਹਾਂ ਸਾਨੂੰ ਹਿੰਦੀ ਵੀ ਹੁੰਦੀ ਹੈ ਅਸੀਂ ਹਿੰਦੀ ਚ ਵੀ ਗੱਲ ਕਰ ਲਈਦੀ ਹੈ ਠੀਕ ਹੈ ਜੀ ਅਸੀਂ ਆਪਣਾ ਲਈ ਦਾ ਭਾਰਤ ਦੇ ਵਸਨੀਕ ਆ ਠੀਕ ਹੈ ਕਿ ਨਹੀਂ ਪੰਜਾਬ ਸਾਡੀ ਜਿਹੜੀ ਆ ਉਹ ਸਟੇਟ ਆ ਗੱਲ ਇਦਾਂ ਵਾਂ ਕਿ ਜੇ ਹੁਣ ਆਪਾਂ ਕੀ ਇਹ ਬਾਦਸ਼ਾਹ ਦੇ ਹਿਸਾਬ ਨਾਲ ਆਪਾਂ ਬੰਦਾ ਵੰਡਦੀਏ ਕਦੀ ਨਹੀਂ ਹੋ ਸਕਦਾ ਠੀਕ ਹੈ ਕਿ ਨਹੀਂ ਕਿਹਦਾ ਕਿੱਥੇ ਦਿਲ ਰਹਿ ਜਾਣਾ ਉਹ ਪਤਾ ਨਹੀਂ ਮੇਰਾ ਹੁਣ ਹਰਿਆਣੇ ਤੋਂ ਮੇਰਾ ਮਿੱਤਰ ਆ ਮੇਰੇ ਨਾਲ ਰਿੰਦਾ ਅਸੀਂ ਦੋਵੇਂ ਜਿੱਕੇ ਜਾਣੇ ਇਕੱਠੇ ਖਾਂਦੇ ਆ ਅਸੀਂ ਕਿੱਥੇ ਤੱਕ ਆਦੇ ਜਾਗੇ ਉਹ ਵੀ ਉਹਨੂੰ ਪੰਜਾਬੀ ਹੁੰਦੀ ਉਹਨੂੰ ਹਿੰਦੀ ਵੀ ਹੁੰਦੀ ਮੈਨੂੰ ਵੀ ਪੰਜਾਬੀ ਹੁੰਦੀ ਹਿੰਦੀ ਵੀ ਹੁੰਦੀ ਯਾਰ ਜਿੱਥੇ ਅਗਲਾ ਕੰਫਰਟੇਬਲ ਹੋ ਚਾਹੀ ਗੱਲ ਕਰ ਲਈਦੀ ਆ ਤਾਲ ਮੇਲ ਪੂਰਾ ਤਾਲ ਮੇਲ ਆ ਹਾਂ ਠੀਕ ਹੈ ਕਿ ਨਹੀਂ ਹੁਣ ਸਾਉਥ ਦੇ ਬੱਚੇ ਵੀ ਪੜਦੇ ਆ ਉਹਨਾਂ ਨੂੰ ਵੀ ਹਿੰਦੀ ਹੁੰਦੀ ਆ ਉਹਨਾਂ ਨਾਲ ਵੀ ਅਸੀਂ ਗੱਲ ਕਰ ਲਈਦੀ ਉਹਨਾਂ ਦੀ ਹਲੇ ਕਿ ਭਾਸ਼ਾ ਵੀ ਵੱਖਰੀ ਹੋਊਗੀ ਪਰ ਇਹ ਹੈ ਕਿ ਆਪਾਂ ਉਹਨਾਂ ਨੂੰ ਜਿੱਦਾਂ ਉਹਨਾਂ ਦਾ ਤਾਲ ਮੇਲ ਦੇ ਰੀਜ਼ਨ ਦੇ ਨਾਂ ਤੇ ਨਹੀਂ ਵੰਡੇ ਜਾ ਸਕਦੇ ਜਿਹੜੀ ਤੁਹਾਡੀ ਰਾਜਨੀਤੀ ਤੁਸੀਂ ਕਰਦੇ ਹੋ ਕਿ ਉਹ ਕੋਈ ਵੰਡੀ ਨਹੀਂ ਜਾ ਸਕਦੀ ਨਹੀਂ ਜੀ ਇਹ ਇਦਾਂ ਵੰਡੀ ਨਹੀਂ ਜਾ ਸਕਦੀ ਪਰ ਇਹਨਾਂ ਦਾ ਹਰ ਵਾਰੀ ਜਦੋਂ ਵੀ ਸੈਂਟਰ ਦਾ ਵਤੀਰਾ ਰਿਹਾ ਉਹ ਇਹੋ ਕਰਦੇ ਕਿ ਧਰਮਾਂ ਦੇ ਨਾਲ ਆਪਾਂ ਵੰਡਦੀਏ ਧਰਮਾਂ ਦੇ ਨਾਲ ਵੰਡਦੀਏ ਫਲਾਣਾ ਇਹ ਧਰਮਾਂ ਨਾਲ ਕਦੀ ਨਹੀਂ ਵੰਡੇ ਜਾ ਸਕਦੇ ਮੈਂ ਤੁਹਾਡੇ ਚੈਨਲ ਰਹੀ ਇਹ ਵੀ ਕਹਿ ਦੋਣਾ ਸਾਰਿਆਂ ਨੂੰ ਕਿ ਆਪਾਂ ਇੱਕ ਮੁਠੀ ਹੋ ਕੇ ਰਹੀਏ ਸਾਰੇ ਆਪਾਂ ਭੈਣ ਭਰਾ ਆਂ ਆਪਾਂ ਇੱਕ ਮੁਠੀ ਹੋ ਕੇ ਰਹਿਣਾ ਆਪਾਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਠੀਕ ਹੈ ਜੀ ਜੇ ਤਾਂ ਅੱਭਲ ਤੇ ਆਉਂਦੇ ਵੀ ਨਹੀਂ ਆ ਅੱਜ ਕੱਲ ਲੋਕ ਬੜੇ ਸੋਸ਼ਲ ਮੀਡੀਆ ਇੱਕ ਆ ਗਿਆ ਸੋਸ਼ਲ ਮੀਡੀਆ ਨੇ ਇੰਨੀ ਕਿ ਲੋਕਾਂ ਨੂੰ ਦੱਸਤਾ ਵਾ ਕਿ ਪਹਿਲਾਂ ਤਾਂ ਸੀ ਕੀ ਹੁੰਦਾ ਲੋਕ ਭੋਲੇ ਭਾਲੇ ਲੋਕ ਹੀ ਵੱਡੇ ਮੰਤਰੀ ਜਾਂ ਲੀਡਰ ਨੇ ਹੋਣਾ ਉਹਨੇ ਆਪਣੇ ਪਿਛੇ ਲਾ ਕੇ ਤਾਂ ਲੈ ਆਈ ਨਾ ਪਰ ਅੱਜ ਕੱਲ ਇਦਾਂ ਨਹੀਂ ਹੁੰਦਾ ਅੱਜ ਕੱਲ ਉਹਨਾਂ ਨੂੰ ਆਪਣਾ ਹੁੰਦਾ ਕਿ ਹਾਂ ਗੱਲ ਹਰ ਇੱਕ ਦੀ ਸੁਣਨਗੇ ਪਰ ਉਹਨਾਂ ਨੇ ਕਰਨੀ ਆਪਣੀ ਹੁੰਦੀ ਆ ਇਹ ਹੈ ਕਿ ਆਪਾਂ ਸਾਰੇ ਇਕੱਠੇ ਰਹੀ ਤੇ ਇਦਾਂ ਹੀ ਡਟ ਕੇ ਲੜਾਈ ਲੜਦੇ ਰਹੀਏ ਤੇ ਆਪਾਂ ਗਰਾਉਂਡ ਲੈਵਲ ਤੇ ਜਿਹੜਾ ਕੰਮ ਕਰਦਾ ਉਹ ਤੁਸੀਂ ਕੰਮ ਵੇਖ ਕੇ ਕੰਮ ਬੋਲਦਾ ਉਹਨੂੰ ਤੁਸੀਂ ਵੋਟ ਪਾਓ ਤੇ ਉਹਨੂੰ ਆਉਂਦੇ ਕਾਉਂਸਲ 'ਚ ਲਿਆਓ ਕੰਮ ਬੜੇ ਜੇ ਕਰਨ ਵਾਲੇ ਕਰਕੇ ਵੀ ਦਿਖਾਵਾਂਗੇ ਤੇ ਪੂਰੇ ਵੀ ਹੋਣਗੇ ਇਹ ਨਹੀਂ ਝੂਠੇ ਵਾਦੇ ਹੋਣਗੇ ਜੀ ਬਹੁਤ ਧੰਨਵਾਦ ਤੁਹਾਡਾ ਮੁਲਾਕਾਤ ਦੇ ਲਈ ਤਾਂ ਇਹ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੈਂਪਸ ਦੇ ਵਿੱਚ ਇੱਕ ਵੰਡ ਪਾਉ ਰਾਜਨੀਤੀ ਹੈ ਜਿਹੜੀ ਉਹਦੇ ਤੋਂ हट ਕੇ ਸੋਈ ਦੇ ਵੱਲੋਂ ਰਾਜਨੀਤੀ ਕੀਤੀ ਜਾਂਦੀ ਹੈ ਔਰ ਅਸੀਂ ਹਰ ਵਿਦਿਆਰਥੀਆਂ ਦੇ ਨਾਲ ਕਿਸੇ ਵੀ ਰੀਜ਼ਨ ਦਾ ਕੋਈ ਵਿਦਿਆਰਥੀ ਹੋਵੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸੇ ਵੀ ਭਾਸ਼ਾ ਦੇ ਨਾਲ ਸੰਬੰਧਿਤ ਹੈ ਤਾਂ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦੇ ਵਿਚਾਰ ਹੈ ਜਿਹੜੇ ਤੁਸੀਂ ਸੁਣੇ ਆ